ਸਤਿ ਸ਼੍ਰੀ ਅਕਾਲ ਏਵਨ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਤੁਹਾਡੇ ਨਾਲ ਰਣਜੀਤ ਕੌਰ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਅੱਜ ਦੀ ਹੈਡਲਾਈਨਸ ਭਾਰਤੀ ਕਿਸਾਨ ਯੂਨੀਅਨ ਦਾ ਵਫਦ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੂੰ ਮਿਲਿਆ ਕਰਜ਼ਾਈ ਕਿਸਾਨਾਂ ਦੇ ਸਮੁੱਚੇ ਕਰਜ਼ੇ ਮੁਆਫ ਕਰਨ ਦੀ ਕੀਤੀ ਮੰਗ ਆਪ ਦੇ ਫੈਸਲੇ ਦੇ ਵਿਰੁੱਧ ਐਚਐਸ ਫੂਲਕਾ ਨੇ ਲਿਆ ਫੈਸਲਾ ਕਿਹਾ ਕਾਂਗਰਸ ਦੇ ਕਿਸੇ ਵੀ ਉਮੀਦਵਾਰ ਨੂੰ ਵੋਟ ਨਹੀਂ ਦਿੱਤੀ ਜਾ ਸਕਦੀ ਪਟਿਆਲਾ ਵਿੱਚ ਭਰਜਾਈ ਨਾਲ ਦਿਓਰ ਨੇ ਕੀਤੀਆਂ ਹੈਵਾਨੀਅਤ ਦੀਆਂ ਹੱਦਾਂ ਪਾਰ ਹੌਕੀਆਂ ਨਾਲ ਕੀਤੀ ਕੁੱਟਮਾਰ ਘਟਨਾ ਦੀ ਵੀਡੀਓ ਹੋਈ ਵਾਇਰਲ ਤੇ ਹੁਣ ਖਬਰਾਂ ਵਿਸਥਾਰ ਨਾਲ ਭਾਰਤੀ ਕਿਸਾਨ ਯੂਨੀਅਨ ਦਾ ਇੱਕ ਵਫਦ ਬਲਬੀਰ ਸਿੰਘ ਰਾਜੇਵਾਲ ਅਤੇ ਹਰਿੰਦਰ ਸਿੰਘ ਲੱਖੋਵਾਲ ਦੀ ਅਗਵਾਈ ਹੇਠ ਲੁਧਿਆਣਾ ਸਤਪਾਲ ਮਿੱਤਲ ਸਕੂਲ ਵਿਖੇ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੂੰ ਮਿਲਿਆ ਅਤੇ ਕਰਜ਼ਈ ਕਿਸਾਨਾਂ ਦੇ ਸਮੁੱਚੇ ਕਰਜ਼ੇ ਮੁਆਫ ਕਰਨ ਦੀ ਮੰਗ ਕੀਤੀ ਰਾਜੇਵਾਲ ਨੇ ਕਿਹਾ ਕਿ ਸਰਕਾਰ ਨੇ ਭੂਸ਼ਣ ਸਟੀਲ ਤੇ ਵੀਡੀਓਕਾਨ ਦੇ 1 ਲੱਖ ਕਰੋੜ ਰੁਪਏ ਦੇ ਕਰਜ਼ੇ ਮਾਫ ਕੀਤੇ ਨੇ ਪਰ ਕਿਸਾਨਾਂ ਦੇ ਨਹੀਂ ਕੀਤੇ ਜਾ ਰਹੇ ਦੱਸਣਯੋਗ ਹੈ ਕਿ ਜੇਤਲੀ ਅੱਜ ਲੁਧਿਆਣਾ ਵਿੱਚ ਸਤਪਾਲ ਮਿੱਤਲ ਸਕੂਲ ਦੇ ਪ੍ਰੋਗਰਾਮ ਵਿੱਚ ਪੁੱਜੇ ਹੋਏ ਸਨ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੇ ਸਤਪਾਲ ਮਿੱਤਲ ਸਕੂਲ ਵਿੱਚ ਸੰਬੋਧਨ ਦੌਰਾਨ ਕਿਹਾ ਕਿ ਚਾਹੇ ਪਿਛਲੇ 70 ਸਾਲਾਂ ਦੌਰਾਨ ਭਾਰਤ ਨੇ ਤਰੱਕੀ ਕੀਤੀ ਹੋਵੇ ਪਰ ਭਾਰਤ ਤਰੱਕੀ ਦੇ ਪੱਖੋਂ 2 ਭਾਗਾਂ ਵਿੱਚ ਵੰਡਿਆ ਗਿਆ ਦੇਸ਼ ਦੇ ਪਿੰਡੂ ਇਲਾਕੇ ਅਜੇ ਵੀ ਬਹੁਤ ਸਾਰੀਆਂ ਸਹੂਲਤਾਂ ਤੋਂ ਸੱਖਣੇ ਨੇ ਉਹਨਾਂ ਨੇ ਕਿਹਾ ਕਿ ਉਹਨਾਂ ਦੀ ਸਰਕਾਰ ਦਾ ਟੀਚਾ 2018 ਤੱਕ ਹਰ ਪਿੰਡ ਵਿੱਚ ਬਿਜਲੀ ਅਤੇ 2019 ਤੱਕ ਪਿੰਡ ਤੱਕ ਪੱਕੀ ਸੜਕ ਦੇਣ ਦਾ ਉਹਨਾਂ ਨੇ ਕਿਹਾ ਕਿ ਮਿੱਤਲ ਸਾਹਿਬ ਨੇ ਵਾਅਦਾ ਕੀਤਾ ਹੈ ਕਿ ਉਹ ਅੰਮ੍ਰਿਤਸਰ ਵਿੱਚ ਆਪਣੇ ਵੱਲੋਂ 5600 ਟਾਇਲਟ ਬਣਵਾਉਣਗੇ ਦੋਸਤੋ ਰਾਜੇਸ਼ ਜੀ ਦੀ ਠੀਕ ਯਾਦ ਸੀ ਕਿ ਉਹਨਾਂ ਨੇ ਕਿਹਾ ਕਿ 2014 ਵਿੱਚ 15 ਅਗਸਤ ਨੂੰ ਮਾਨਯ ਪ੍ਰਧਾਨ ਮੰਤਰੀ ਜੀ ਨੇ ਗਾਂਧੀ ਜੀ ਦਾ ਹਵਾਲਾ ਦੇ ਕੇ ਆਪਣੇ ਆਸ ਪਾਸ ਦੇ ਮਾਹੌਲ ਨੂੰ ਸਾਫ ਸੁਥਰਾ ਰੱਖਣਾ ਉਹਦਾ ਜ਼ਿਕਰ ਕੀਤਾ ਔਰ ਸਵੱਛ ਭਾਰਤ ਅਭਿਆਨ ਦੀ ਸ਼ੁਰੂਆਤ ਕੀਤੀ ਉਹਦੀ ਘੋਸ਼ਣਾ ਕੀਤੀ ਉਹਨਾਂ ਨੇ ਕਿਹਾ ਕਿ ਅਗਲੇ ਸਾਲ ਜਿਸਲੇ ਮੈਂ ਆਵਾਂਗਾ ਤੇ ਕੋਸ਼ਿਸ਼ ਇਹ ਹੋਵੇ ਕਿ ਦੇਸ਼ ਦੇ ਵਿੱਚ ਇੱਕ ਵੀ ਲੜਕੀਆਂ ਦਾ ਸਕੂਲ ਐਸਾ ਨਾ ਹੋਵੇ ਜਿਹਦੇ ਵਿੱਚ ਟਾਇਲਟ ਨਾ ਹੋਵੇ ਉਸਲੇ ਤੇ ਇਸ ਪੂਰੀ ਯੋਜਨਾ ਵਾਸਤੇ ਕੋਈ ਬੜਾ ਪੈਸਾ ਵੀ ਬਜਟ ਵਿੱਚ ਨਹੀਂ ਸੀ ਰੱਖਿਆ ਗਿਆ ਪਰ ਇਸ ਕਰਕੇ ਸਰਕਾਰੀ ਤੰਤਰ ਤੋਂ ਥੋੜਾ ਔਰ ਅਲੱਗ ਅਲੱਗ ਮਿਨਿਸਟਰੀਜ਼ ਨੂੰ ਰਾਜਾਂ ਦੀ ਸਟੇਟਾਂ ਦੀ ਹਕੂਮਤ ਨੂੰ ਕਿਹਾ ਗਿਆ ਕਿ ਦੇਖੋ ਕਿ ਲੜਕੀਆਂ ਦਾ ਕੋਈ ਸਕੂਲ ਨਾ ਰਹਿ ਜਾਏ ਇੱਕ ਸਾਲ ਬਾਅਦ ਜਿੱਥੇ ਟਾਇਲੇ ਨਾ ਹੋਵੇ ਮੈਨੂੰ ਯਾਦ ਹੈ ਕਿ 2015 ਦੀ 15 ਅਗਸਤ ਤੋਂ ਪਹਿਲੇ ਰੋਜ ਲਿਸਟ ਚੈੱਕ ਹੁੰਦੀ ਸੀ ਕਿ ਹੁਣ 2500 ਸਕੂਲ ਬਚਿਆ ਹੈ ਹੁਣ 2000 ਬਚਿਆ ਹੁਣ 1500 ਬਚਿਆ ਔਰ ਇੱਕ ਦਿਨ ਪਹਿਲੇ ਵੀ ਇਹ ਸਿਚੁਏਸ਼ਨ ਸੀ 17 ਜੁਲਾਈ ਨੂੰ ਭਾਰਤ ਦੇ ਰਾਸ਼ਟਰਪਤੀ ਲਈ ਹੋਣ ਵਾਲੀ ਚੋਣ ਦੇ ਮਾਮਲੇ ਵਿੱਚ ਵੋਟ ਪਾਉਣ ਸੰਬੰਧੀ ਐਚਐਸ ਫੂਲਕਾ ਨੇ ਪਾਰਟੀ ਹਾਈਕਮਾਨ ਨੂੰ ਕਿਹਾ ਹੈ ਕਿ ਉਹ ਕਾਂਗਰਸ ਦੀ ਉਮੀਦਵਾਰ ਮੀਰਾ ਕੁਮਾਰੀ ਨੂੰ ਵੋਟ ਨਹੀਂ ਪਾਉਣਗੇ ਦੱਸ ਦਈਏ ਕਿ ਆਮ ਆਦਮੀ ਪਾਰਟੀ ਨੇ ਕਾਂਗਰਸੀ ਉਮੀਦਵਾਰ ਮੀਰਾ ਕੁਮਾਰ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਸੀ ਪਰ ਐਚਐਸ ਫੂਲਕਾ ਦਾ ਕਹਿਣਾ ਹੈ ਕਿ ਚਾਹੇ ਆਮ ਆਦਮੀ ਪਾਰਟੀ ਵੱਲੋਂ ਰਾਸ਼ਟਰਪਤੀ ਦੀ ਚੋਣ ਲਈ ਮੀਰਾ ਕੁਮਾਰ ਨੂੰ ਵੋਟ ਦਾ ਫੈਸਲਾ ਹੋ ਚੁੱਕਿਆ ਪਰ ਮਨੁੱਖੀ ਹੱਕਾਂ ਦੀ ਲੜਾਈ ਖਾਤਰ ਅਤੇ 1984 ਸਿੱਖ ਕਤਲੇਆਮ ਲਈ ਜ਼ਿੰਮੇਵਾਰ ਪਾਰਟੀ ਕਾਂਗਰਸ ਦੇ ਕਿਸੇ ਵੀ ਉਮੀਦਵਾਰ ਨੂੰ ਉਹਨਾਂ ਵੱਲੋਂ ਵੋਟ ਨਹੀਂ ਦਿੱਤੀ ਜਾ ਸਕਦੀ ਆਮ ਆਦਮੀ ਪਾਰਟੀ ਨੇ ਫੈਸਲਾ ਕੀਤਾ ਕਿ ਮੀਰਾ ਕੁਮਾਰ ਦੀ ਸਪੋਰਟ ਕਰਨੀ ਮੀਰਾ ਕੁਮਾਰ ਇੱਕ ਬੜੇ ਅੱਛੇ ਇਨਸਾਨ ਨੇ ਬਾਬੂ ਜਗਜੀਵਨ ਰਾਮ ਜੀ ਦੀ ਬੇਟੀ ਆ ਮੈਂ ਉਹਨਾਂ ਦੀ ਬੜੀ ਕਦਰ ਕਰਦਾ ਪਰ ਉਹ ਕਾਂਗਰਸ ਦੇ ਉਮੀਦਵਾਰ ਆ ਅਤੇ ਕਾਂਗਰਸ ਦੇ ਉਮੀਦਵਾਰ ਨੂੰ ਮੈਂ ਬਿਲਕੁਲ ਕਦੇ ਵੀ ਵੋਟ ਨਹੀਂ ਪਾ ਸਕਦਾ ਮੇਰਾ ਨਾਮ ਇੰਨਾ ਕੁ ਜ਼ਿਆਦਾ ਇਸ 84 ਦੇ ਕਤਲੇਆਮ ਨਾਲ ਜੁੜਿਆ ਜੇਕਰ ਮੈਂ ਕਦੇ ਕਾਂਗਰਸ ਦੇ ਉਮੀਦਵਾਰ ਨੂੰ ਵੋਟ ਪਾਉਣਾ ਤਾਂ ਇਸ ਦਾ ਮਤਲਬ ਨਿਕਾਲਿਆ ਜਾਊਗਾ ਕਿ ਸ਼ਾਇਦ ਸਿੱਖ ਕੌਮ ਨੇ ਇਹ ਕਾਂਗਰਸ ਨੂੰ ਮਾਫ਼ ਕਰ ਦਿੱਤਾ ਕਤਲੇਆਮ ਲਈ ਜੋ ਕਿ ਬਿਲਕੁਲ ਗਲਤ ਆ ਸਿੱਖ ਕੌਮ ਕਦੇ ਵੀ ਕਾਂਗਰਸ ਨੂੰ ਮਾਫ਼ ਨਹੀਂ ਕਰ ਸਕਦੀ ਔਰ ਖਾਸ ਕਰਕੇ ਮੈਂ ਤਾਂ ਬਿਲਕੁਲ ਹੀ ਨਹੀਂ ਕਰ ਸਕਦਾ ਇਸ ਵੇਲੇ ਅਜੇ ਤੱਕ ਉਹ ਕਮਲਨਾਥ ਜਗਦੀਸ਼ ਟਾਈਟਲ ਸੱਜਣ ਕੁਮਾਰ ਵਰਗੇ ਲੋਕ ਅਜੇ ਵੀ ਕਾਂਗਰਸ ਦੀਆਂ ਉੱਚ ਪਦਵੀਆਂ 'ਤੇ ਬੈਠੇ ਆ ਦੋਸ਼ੀਆਂ ਨੂੰ ਅਜੇ ਸਜ਼ਾ ਨਹੀਂ ਮਿਲੀ ਇਹ ਕਾਂਗਰਸ ਲਗਾਤਾਰ ਉਹਨਾਂ ਨੂੰ ਅਜੇ ਵੀ ਬਚਾਉਂਦੀ ਬਚਾਈ ਜਾ ਰਹੀ ਹੈ ਤੋ ਇਹਨਾਂ ਹਾਲਾਤ ਦਾ ਸਵਾਲ ਨਹੀਂ ਪੈਦਾ ਹੁੰਦਾ ਕਾਂਗਰਸ ਨੂੰ ਮਾਫ਼ ਕਰਨਾ ਜਾਂ ਕਾਂਗਰਸ ਦੇ ਉਮੀਦਵਾਰ ਨੂੰ ਕਦੇ ਵੋਟ ਪਾਉਣਾ ਤੋ ਇਸ ਲਈ ਮੈਂ ਤਾਂ ਬਿਲਕੁਲ ਕਦੇ ਵੀ ਮੀਰਾ ਕੁਮਾਰ ਨੂੰ ਵੋਟ ਨਹੀਂ ਪਾਊਂਗਾ ਠੀਕ ਹੈ ਮੇਰੀ ਪਾਰਟੀ ਨੇ ਫੈਸਲਾ ਜੋ ਕੀਤਾ ਉਹਦੇ ਖਿਲਾਫ਼ ਮੈਂ ਨਹੀਂ ਜਾਂਦਾ ਤੋ ਮੈਂ ਦੂਸਰੇ ਉਮੀਦਵਾਰ ਨੂੰ ਵੀ ਵੋਟ ਨਹੀਂ ਕਰੂੰਗਾ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਦਾ ਹੀ ਪੰਜਾਬ ਵਿੱਚ ਸਿੰਚਾਈ ਦੇ ਪਾਣੀ ਅਤੇ ਘਰਾਂ ਦੀ ਜ਼ਰੂਰਤ ਵਿੱਚ ਇਸਤੇਮਾਲ ਹੁੰਦੇ ਪਾਣੀ ਦੀ ਕਮੀ ਨੂੰ ਦੂਰ ਕਰਨ ਲਈ ਕੰਮ ਕਰਦੇ ਰਹੇ ਨੇ ਤੇ ਇਹ ਗੱਲ ਪੰਜਾਬ ਦੇ ਪਾਵਰ ਅਤੇ ਸਿੰਚਾਈ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਉਸ ਵੇਲੇ ਕਹੀ ਜਦੋਂ ਉਹ ਸਿੰਚਾਈ ਵਿਭਾਗ ਵੱਲੋਂ ਨਵੇਂ ਨਿਯੁਕਤ ਕੀਤੇ ਗਏ 732 ਨਹਿਰੀ ਪਟਵਾਰੀਆਂ ਨੂੰ ਨਿਯੁਕਤੀ ਪੱਤਰ ਵੰਡ ਰਹੇ ਸਨ। ਇਸ ਮੌਕੇ ਤੇ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਪਾਣੀ ਦੀ ਸਮੱਸਿਆ ਦਿਨ ਪਰ ਦਿਨ ਵੱਧਦੀ ਜਾ ਰਹੀ ਹੈ। ਧਰਤੀ ਦੇ ਨਿਚਲੇ ਪਾਣੀ ਦਾ ਸਤਰ ਦਿਨੋ ਦਿਨ ਨੀਵਾਂ ਹੋਣਾ ਆਪਣੇ ਆਪ ਵਿੱਚ ਚਿੰਤਾ ਦਾ ਵਿਸ਼ਾ। ਦੇਖੋ ਇਹ ਪੋਲੀਟੀਕਲ ਸਟੰਟ ਹੁੰਦੇ ਆ, ਲੋਕਾਂ ਨੂੰ ਸੱਜੇ ਖੱਬੇ ਟੈਨਸ਼ਨ ਜਾਵੇ। ਇਹ ਆਮ ਆਦਮੀ ਪਾਰਟੀ ਕਰ ਰਹੀ ਹੈ? ਨਹੀਂ ਨਹੀਂ ਜੀ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜੋ ਲੀਗਲ ਸੈਲ ਹਨ ਉਹਨਾਂ ਦੇ ਚੇਅਰਮੈਨ ਹੈ ਜੀ। ਠੀਕ ਹੈ ਜੀ, ਪਿਛਲੀ ਵਾਰ ਵੀ ਤਾਂ ਸੀਗੇ। ਤੁਸੀਂ ਤੁਸੀਂ ਇੱਕ ਤੁਸੀਂ ਇੱਕ ਗੱਲ ਸੁਣੋ, ਅੱਜ ਸਾਡੇ ਸੈਕਟਰੀ ਸਾਹਿਬ ਨੇ ਇਹ ਕਿਹਾ ਕਿ ਵੀ ਪਟਵਾਰੀਆਂ ਤੋਂ ਜਿਹੜਾ ਪੁਰਾਣਾ ਉਹਨਾਂ ਦਾ ਕੰਮ ਲੈਂਦੇ ਸੀ ਉਦੋਂ ਵੱਧ ਕੰਮ ਲੈਣ ਦੀ ਸਾਡੀ ਇੱਛਾ ਆ। ਔਰ ਅਗਰ ਤੁਸੀਂ ਵੇਖੋ ਤਾਂ ਜਿੰਨੇ ਪਟਵਾਰੀ ਨਿਯੁਕਤ ਹੋਏ ਆ ਔਰ ਜਿੰਨਿਆਂ ਨੂੰ ਮੈਂ ਪੁੱਛਿਆ, ਉਹਨਾਂ 'ਚੋਂ 60-70% ਬੀ ਟੈਕ ਸੀਗੇ। ਅਤੇ ਸਾਨੂੰ ਵੱਧ ਇਹਨਾਂ ਤੋਂ ਕੰਮ ਲੈਣਾ ਚਾਹੀਦਾ। ਔਰ ਜੇ ਪਟਵਾਰੀ ਦਾ ਡੈਜ਼ਿਗਨੇਸ਼ਨ ਬਦਲ ਦਿਆਂਗੇ ਉਹ 'ਚ ਅਗਲੇ ਨੂੰ ਹਾਈਲੀ ਕੁਆਲੀਫਾਈਡ ਬੱਚਿਆਂ ਨੂੰ ਇਨਕਰੇਜਮੈਂਟ ਮਿਲਦੀ ਆ ਤੇ ਜਾ ਸਕਦੇ ਆ, ਕਿਉਂ ਨਹੀਂ ਜਾ ਸਕਦੇ ਉਹ ਦੇ ਆਫ ਦੇ ਰਾਈਟ। ਮੇਰੇ ਮਹਿਕਮੇ ਬਾਰੇ ਪੁੱਛ ਲਾ। ਹਾਂ ਦੇਖੋ ਦੇਖੋ ਇਸ ਤਰ੍ਹਾਂ ਆ, ਬਿਜਲੀ ਦੇ ਜਿਹੜੇ ਕੱਟ ਆ ਪਿਛਲੇ ਸਾਲਾਂ ਦੇ ਵਿੱਚ, ਜਿਨ੍ਹਾਂ ਲਾਈਨਾਂ ਦੀ ਅਪਗ੍ਰੇਡੇਸ਼ਨ ਹੋਣੀ ਚਾਹੀਦੀ ਸੀ ਉਹ ਨਹੀਂ ਹੋਈ, ਇੱਕ ਕਾਰਨ ਆ। ਔਰ ਦੂਸਰੀ ਇੱਕ ਗੱਲ ਹੈ ਕਿ ਵੀ ਹੁਣ ਜੇ ਬਿਜਲੀ ਹੈ ਤਾਂ ਲੋਕ ਚਾਹੁੰਦੇ ਕਿ ਵੀ ਮਿਲੇ। ਅਤੇ ਟਰਾਂਸਫਾਰਮਰ ਜਿਹੜੇ ਆ ਨਾ, ਜਾਣ ਵੇਲੇ PSPCL ਦਾ ਚੇਅਰਮੈਨ ਨੇ ਆਰਡਰ ਦੇਣਾ ਹੁੰਦਾ ਹਰ ਸਾਲ। ਟੁਡੇ ਆਈ ਐਮ ਅਪੁਆਇੰਟਡ ਐਜ਼ ਅ ਕੈਨਾਲ ਪਟਵਾਰੀ ਐਂਡ ਆਈ ਐਮ ਵੈਰੀ ਥੈਂਕਫੁਲ ਟੂ ਪੰਜਾਬ ਗਵਰਨਮੈਂਟ। ਆਈ ਐਮ ਫੀਲਿੰਗ ਵੈਰੀ ਗਲੈਡ। ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ 700 ਕੁਛ ਪੋਸਟਾਂ ਸੀਗੀਆਂ ਕੈਨਾਲ ਪਟਵਾਰੀ ਦੀਆਂ, ਅਤੇ ਪੰਜਾਬ ਗਵਰਨਮੈਂਟ ਨੇ ਬਹੁਤ ਹੀ ਜਲਦੀ ਸਾਨੂੰ ਪਹਿਲਾਂ ਟ੍ਰੇਨਿੰਗ ਪ੍ਰੋਵਾਈਡ ਕੀਤੀ 3 ਮਹੀਨਿਆਂ ਦੀ। ਉਸ ਤੋਂ ਬਾਅਦ ਬਹੁਤ ਹੀ ਜਲਦੀ ਸਾਡੇ ਇਗਜ਼ਾਮ ਕੰਡਕਟ ਕੀਤੇ ਅਤੇ ਕੁਛ ਹੀ ਦਿਨਾਂ ਦੇ ਵਿੱਚ ਇਹਦਾ ਰਿਜ਼ਲਟ ਡਿਕਲੇਅਰ ਕੀਤਾ ਗਿਆ। ਅਤੇ ਈਵਨ ਦੇਖਿਆ ਗਿਆ ਕਿ ਅੱਜ ਤੱਕ ਇੰਨੀ ਜਲਦੀ ਨਾ ਤਾਂ ਪੇਪਰ ਕੰਡਕਟ ਹੁੰਦੇ ਸੀ ਅਤੇ ਨਾ ਹੀ ਰਿਜ਼ਲਟ ਆਉਂਦਾ ਸੀ, ਬਟ ਡਿਊ ਟੂ ਪੰਜਾਬ ਗਵਰਨਮੈਂਟ ਕੈਪਟਨ ਸਰਕਾਰ ਦੇ ਆਉਣ ਤੋਂ ਬਾਅਦ ਬਹੁਤ ਜਲਦੀ ਸਾਡਾ ਰਿਜ਼ਲਟ ਡਿਕਲੇਅਰ ਕੀਤਾ। ਇਹ ਤਾਂ ਸਿਰਫ ਫਿਊ ਡੇਜ਼ ਦੇ ਅੰਦਰ ਸਾਨੂੰ ਸਾਡਾ ਅਪੁਆਇੰਟਮੈਂਟ ਲੈਟਰ, ਅੱਜ 14th July ਨੂੰ ਸਾਨੂੰ ਅਪੁਆਇੰਟਮੈਂਟ ਮਿਲੀਆਂ ਅਤੇ ਆਈ ਐਮ ਫੀਲਿੰਗ ਵੈਰੀ ਗਲੈਡ। ਥੈਂਕ ਯੂ ਸੋ ਮਚ। ਆਮ ਆਦਮੀ ਪਾਰਟੀ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਇੱਕ ਵਾਰ ਫਿਰ ਕੈਪਟਨ ਸਰਕਾਰ ਖਿਲਾਫ਼ ਮੋਰਚਾ ਖੋਲਦੇ ਹੋਏ ਵੱਡੇ ਹਮਲੇ ਬੋਲੇ ਨੇ। ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਕਰਦੇ ਹੋਏ ਸੁਖਪਾਲ ਖਹਿਰਾ ਨੇ ਦੋਸ਼ ਲਗਾਉਂਦੇ ਹੋਏ ਕਿਹਾ ਹੈ ਕਿ ਕੈਪਟਨ ਸਰਕਾਰ ਵੱਲੋਂ ਪੰਜਾਬ ਮਨੁੱਖੀ ਅਧਿਕਾਰ ਕਮਿਸ਼ਨ ਦੇ ਚੇਅਰਮੈਨ ਦੀ ਨਿਯੁਕਤੀ ਗੈਰ ਸੰਵਿਧਾਨਕ ਤਰੀਕੇ ਨਾਲ ਕੀਤੀ ਗਈ ਹੈ। ਖਹਿਰਾ ਦਾ ਤਰਕ ਹੈ ਕਿ ਸਰਕਾਰ ਨੇ ਬਗੈਰ ਵਿਰੋਧੀ ਧਿਰ ਨੇਤਾ ਦੇ ਇਹ ਨਿਯੁਕਤੀ ਕਰਕੇ ਨਿਯਮਾਂ ਨੂੰ ਛਿੱਕੇ ਤੇ ਟੰਗਿਆ। ਬੜੇ ਅਫਸੋਸ ਦੀ ਗੱਲ ਹੈ ਕਿ ਪੰਜਾਬ ਸਰਕਾਰ ਨੇ ਜਿਹੜੀ ਬਹੁਤ ਇੱਕ ਪਿਛਲੇ ਦਰਵਾਜ਼ੇ ਰਾਹੀਂ ਜਿਹੜੀ ਅਪੁਆਇੰਟਮੈਂਟ ਕੀਤੀ ਕੱਲ੍ਹ ਚੇਅਰਮੈਨ ਪੰਜਾਬ ਹਿਊਮਨ ਰਾਈਟਸ ਕਮਿਸ਼ਨ ਦੀ, ਉਹ ਇੱਕ ਬਹੁਤ ਗੈਰ ਸੰਵਿਧਾਨਕ ਕਦਮ ਚੁੱਕਿਆ, ਕਿਉਂਕਿ ਜਿਹੜਾ ਸੈਕਸ਼ਨ 22 ਹੈ ਪ੍ਰੋਟੈਕਸ਼ਨ ਆਫ ਹਿਊਮਨ ਰਾਈਟਸ ਐਕਟ 1993, ਉਹਦੇ ਸਾਫ਼ ਲਿਖਿਆ ਹੋਇਆ ਕਿ ਇੱਕ ਬਕਾਇਦਾ ਕਮੇਟੀ ਜਿਹਦੇ ਵਿੱਚ ਮੁੱਖ ਮੰਤਰੀ ਹੋਣਗੇ, ਜਿਹਦੇ ਵਿੱਚ ਗ੍ਰਹਿ ਮੰਤਰੀ ਹੋਣਗੇ, ਜਿਹਦੇ ਵਿੱਚ ਸਪੀਕਰ ਹੋਣਗੇ ਔਰ ਜਿਸ ਵਿੱਚ ਲੀਡਰ ਆਫ ਆਪੋਜੀਸ਼ਨ ਹੋਵੇਗਾ, ਵਿਰੋਧੀ ਧਿਰ ਦਾ ਨੇਤਾ ਹੋਵੇਗਾ। ਇਹ ਕਮੇਟੀ ਫੈਸਲਾ ਕਰੇਗੀ ਕਿ ਕਿਸ ਵਿਅਕਤੀ ਨੂੰ ਚੇਅਰਮੈਨ ਹਿਊਮਨ ਰਾਈਟਸ ਮਨੁੱਖੀ ਅਧਿਕਾਰ ਕਮਿਸ਼ਨ ਦਾ ਚੇਅਰਮੈਨ ਕਿਹਨੂੰ ਲਾਉਣਾ ਵਾ। ਲੇਕਿਨ ਪੰਜਾਬ ਸਰਕਾਰ ਨੇ, ਕਿਉਂਕਿ ਆਮ ਆਦਮੀ ਪਾਰਟੀ ਦਾ ਲੀਡਰ ਆਫ ਆਪੋਜੀਸ਼ਨ ਦੇ ਚੰਦ ਦਿਨ ਲੱਗ ਰਹੇ ਨੇ ਫੈਸਲਾ ਹੋਣ ਨੂੰ, ਇਹਨਾਂ ਦੀ ਪਿੱਠ 'ਤੇ ਜਾ ਕੇ ਇਹਨਾਂ ਕੋਲੋਂ ਚਲਾਕੀ ਦੇ ਨਾਲ ਇਹਨਾਂ ਨੇ ਕੱਲ੍ਹ ਜਿਹੜੇ ਪਟਨਾ ਦੇ ਰਿਟਾਇਰਡ ਚੀਫ ਜਸਟਿਸ ਨੇ ਬਿਹਾਰ ਪਟਨਾ ਹਾਈਕੋਰਟ ਦੇ ਜਸਟਿਸ ਇਕਬਾਲ ਅਹਿਮਦ ਅੰਸਾਰੀ, ਉਹਨਾਂ ਨੂੰ ਪੰਜਾਬ ਸਰਕਾਰ ਨੇ ਗੈਰ ਕਾਨੂੰਨੀ ਢੰਗ ਦੇ ਨਾਲ ਲਾਤਾ ਵਾ। ਔਰ ਇਹ ਇੱਥੇ ਦੱਸਣਾ ਹੋਰ ਵੀ ਬੜਾ ਜ਼ਰੂਰੀ ਕਿ ਇਹ ਪੋਸਟ ਚੇਅਰਮੈਨ ਮਨੁੱਖੀ ਅਧਿਕਾਰ ਕਮਿਸ਼ਨ ਇਹ 2 ਸਾਲਾਂ ਤੋਂ ਵੇਕੈਂਟ ਪਈ ਆ, ਕਿਉਂਕਿ ਮਾਮਲਾ ਹਾਈਕੋਰਟ ਵਿੱਚ ਚੱਲ ਰਿਹਾ ਸੀਗਾ। ਅਤੇ ਜੇ 2 ਸਾਲ ਵੇਕੈਂਟ ਰਹੀ ਪੋਸਟ ਅਤੇ ਚੰਦ ਦਿਨ ਹੋਰ ਵੇਕੈਂਟ ਰਹਿ ਜਾਂਦੀ ਤਾਂ ਕੁਛ ਕਿਆਮਤ ਨਹੀਂ ਸੀ ਆਉਣ ਲੱਗੀ। ਲੇਕਿਨ ਇਹ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ, ਐਂ ਲੱਗਦਾ ਕਿ ਸਾਰੇ ਕਾਨੂੰਨ ਛਿੱਕੇ 'ਤੇ ਟੰਗਣ ਲੱਗ ਗਈ ਆ। ਔਰ ਇਹਨਾਂ ਨੇ ਜਿਹੜੀ ਇਹ ਕੀਤੀ ਆ ਅਪੁਆਇੰਟਮੈਂਟ, ਅਸੀਂ ਆਪਣੀ ਪਾਰਟੀ ਆਮ ਆਦਮੀ ਪਾਰਟੀ ਵਿੱਚ ਮਸਲਾ ਰੱਖਾਂਗੇ ਔਰ ਇਸ ਨੂੰ ਹਾਈਕੋਰਟ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਜਾ ਕੇ ਚੁਣੌਤੀ ਦੇਵਾਂਗੇ। ਔਰ ਨਾਲ ਮੈਂ ਬੇਨਤੀ ਕਰਨਾ ਚਾਹੁੰਦਾ ਗਵਰਨਰ ਸਾਹਿਬ ਨੂੰ, ਕਿਉਂਕਿ ਇਸ ਅਪੁਆਇੰਟਮੈਂਟ ਦੀ ਜਿਹੜੀ ਪ੍ਰਵਾਨਗੀ ਹੈ ਉਹ ਗਵਰਨਰ ਪੰਜਾਬ ਨੇ ਦੇਣੀ ਆ। ਮੇਰੀ ਉਹਨਾਂ ਨੂੰ ਵੀ ਅਪੀਲ ਆ ਕਿ ਇਸ ਤਰ੍ਹਾਂ ਦੇ ਅਨਕੋਨਸਟੀਟਿਊਸ਼ਨਲ ਇਲੀਗਲ
इनलेजिटमेट जिहड़े कदम ने पंजाब सरकार दे उन्हां दे उत्ते उन्हां नूं प्रवानगी ना दित्ती जावे और ये फाइल वापस दोबारा की जावे। लीडर ऑफ ऑपोजिशन जदों इलैक्ट हो जावे फिर समुची कमेटी फैसला लवे, फिर ही चेयरमैन ह्यूमन राइट्स कमीशन पंजाब का लगाया जा सके। बहुत अहम पोजिशन है, लोगों के बहुत उम्मीदा ने, बहुत सारिया जिहड़ियां अवग्यावां हुंदियां ह्यूमन राइट्स दियां उहदी सारी जिहड़ी है कॉग्निजेंस ते नोटिस इस कमिशन ने लेना, इसलिए कमिशन सारे की रजामंदी के चेयरमैन लाना चाहिए। इतने वेला हो चलिया छोटे जहा ब्रेक का, मिलते हैं ब्रेक तो।